ਸਤਿ ਸ਼੍ਰੀ ਅਕਾਲ, ਫੈਕਟ ਨਿਊਜ਼ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਮਮਤਾ, ਤੁਹਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ। ਸਿਆਸੀ ਹਲਚਲ, ਸਿਆਸਤ ਦੇ ਨਾਲ ਜੁੜੇ ਅਹਿਮ ਅਤੇ ਵਿਸ਼ੇਸ਼ ਵਿਸ਼ਿਆਂ ਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਤੇ ਸਟੂਡੀਓ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸਿਮਰਨ ਧਾਲੀਵਾਲ। ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਅਤੇ ਨਾਲ ਹੀ ਫੈਕਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤਾਂ ਅੱਜ ਦੇ ਅਹਿਮ ਮੁੱਦੇ 'ਤੇ ਚਰਚਾ ਕਰਾਂਗੇ। ਜੀ ਬਿਲਕੁਲ ਸਿਮਰਨ, ਸ਼ੁਰੂਆਤ ਮੈਂ ਕਰਨਾ ਚਾਹਾਂਗੀ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ। ਲਗਾਤਾਰ ਹਾਲੇ ਵੀ ਜਿਹੜਾ ਉਹਨਾਂ ਦੇ ਆਜ਼ਾਦ ਚੋਣ ਲੜਨ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ, ਪਰ ਇਸੇ ਵਿਚਾਲੇ ਹੋਰ ਕਈ ਨਵੀਆਂ ਅਪਡੇਟਸ ਸਾਹਮਣੇ ਆ ਰਹੀਆਂ ਨੇ। ਬਿਲਕੁ�ਲ ਮਮਤਾ, ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲੈ ਕੇ ਅਕਸਰ ਹੀ ਚਰਚਾਵਾਂ ਬਣੀਆਂ ਅਤੇ ਨਾਲ ਹੀ ਇਹ ਚਰਚਾ ਜ਼ਿਆਦਾ ਤੁਲ ਫੜ ਰਹੀ ਹੈ ਕਿ ਉਹਨਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਚੋਣ ਲੜੀ ਜਾਣੀ ਹੈ, ਪਰ ਉੱਥੇ ਦੂਜੇ ਪਾਸੇ ਅਸੀਂ ਵੇਖੀਏ ਤਾਂ ਕਾਂਗਰਸ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਸਿੱਧੂ ਮੂਸੇਵਾਲਾ ਕਾਂਗਰਸ ਦੇ ਉਮੀਦਵਾਰ ਬਣ ਕੇ ਉਭਰੇ ਸੀ। ਤਾਂ ਉਸ ਤੋਂ ਬਾਅਦ ਲਗਾਤਾਰ ਬਲਕੌਰ ਸਿੰਘ ਨੂੰ ਇਸ ਉਮੀਦਵਾਰੀ ਦੇ ਲਈ, ਜਾਂ ਫਿਰ ਕਹਿ ਸਕਦੇ ਹਾਂ ਕਿ ਇਸ ਚੋਣ ਦੇ ਲਈ ਹਮੇਸ਼ਾ ਹੀ ਮਨਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਕਾਂਗਰਸ ਲੱਗੀ ਹੋਈ ਹੈ, ਪਰ ਇੱਥੇ ਕਿਤਨਾ ਕਿਤੇ ਇਹ ਚਰਚਾ ਹਜੇ ਵੀ ਬਣੀ ਹੋਈ ਹੈ, ਕੁਝ ਵੀ ਸਪਸ਼ਟ ਹੁੰਦਾ ਵਿਖਾਈ ਨਹੀਂ ਦਿੱਤਾ ਕਿ ਕੀ ਸਿੱਧੂ ਮੂਸੇਵਾਲਾ ਦੇ ਪਿਤਾ ਹੈ ਜਿਹੜੇ ਉਹ ਚੋਣ ਲੜਨਗੇ ਆਜ਼ਾਦ ਉਮੀਦਵਾਰ ਦੇ ਵਜੋਂ ਲੜਨਗੇ ਜਾਂ ਫਿਰ ਕਾਂਗਰਸ ਪਾਰਟੀ ਦੇ ਵੱਲੋਂ ਲੜਨਗੇ, ਪਰ ਲਗਾਤਾਰ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਗੱਲ ਜ਼ਰੂਰ ਕੀਤੀ ਜਾ ਰਹੀ ਹੈ। ਤਾਂ ਇੱਥੇ ਜੇ ਅਸੀਂ ਦੇਖੀਏ ਤਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਮਾਨਸਾ ਕੋਰਟ ਦੇ ਵੱਲੋਂ ਵੱਡੀ ਕਾਰਵਾਈ ਵੀ ਜਿਹੜੀ ਕੀਤੀ ਗਈ ਹੈ। ਬਿਲਕੁਲ, ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਜ਼ਿਕਰ ਕਰ ਲਈਏ ਉਹਨਾਂ ਦੇ ਚੋਣਾਂ ਲੜਨ ਦਾ, ਅਤੇ ਤੁਸੀਂ ਵੀ ਜ਼ਿਕਰ ਕੀਤਾ ਕਵਾਇਦ ਉਹਨਾਂ ਨੂੰ ਮਨਾਉਣ ਦੀ ਲਗਾਤਾਰ ਜਾ ਰਹੀ ਹੈ। ਲੰਘੇ ਦਿਨ ਹੀ ਜਾਂਦੇ ਨੇ, ਵੱਡੀ ਲੀਡਰਸ਼ਿਪ ਜਾਂਦੀ ਹੈ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜਾਂਦੇ ਨੇ, ਦੇਰ ਰਾਤ ਉਹਨਾਂ ਨਾਲ ਗੱਲਬਾਤ ਕਰਦੇ ਨੇ ਅਤੇ ਉਸ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਵੀ ਹੁੰਦੇ ਨੇ। ਉੱਥੇ ਉਹ ਇਹ ਕਹਿੰਦੇ ਨੇ ਭਈ ਇਹ ਸਭ ਤੋਂ ਪਹਿਲਾਂ ਸਾਡਾ ਜਿਹੜਾ ਫੈਸਲਾ ਸੀ, ਹਾਈਕਮਾਂਡ ਦਾ ਵੀ ਇਹੀ ਫੈਸਲਾ ਸੀ ਭਈ ਬਲਕੌਰ ਸਿੰਘ ਨੂੰ ਟਿਕਟ ਦਿੱਤੀ ਜਾਵੇ ਅਤੇ ਬਠਿੰਡਾ ਤੋਂ ਉਹਨਾਂ ਨੂੰ ਚੋਣ ਲੜਾਇਆ ਜਾਵੇ, ਪਰ ਕਿਤੇ ਨਾ ਕਿਤੇ ਬਲਕੌਰ ਸਿੰਘ ਵੀ ਇਸ ਗੱਲ ਤੋਂ ਗੁਰੇਜ਼ ਕਰਦੇ ਹੋਏ ਨਜ਼ਰ ਆਏ, ਕਿਉਂਕਿ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਵੀ ਕਿਹਾ ਵੀ ਲੋਕ ਕਹਿਣਗੇ ਹੁਣ ਇਹ ਸਿਆਸਤ ਕਰਨ ਲੱਗ ਗਏ ਨੇ। ਹਾਲਾਂਕਿ ਉਹਨਾਂ ਨੇ ਬੇਅੰਤ ਸਿੰਘ ਦਾ ਨਾਮ ਲੈਂਦਿਆਂ ਰਵਨੀਤ ਬਿੱਟੂ ਦੇ ਵੱਲ ਵੀ ਇਸ਼ਾਰਾ ਕੀਤਾ ਵੀ ਜਿਸ ਤਰੀਕੇ ਦੇ ਨਾਲ ਬੇਅੰਤ ਸਿੰਘ ਦੀ ਮੌਤ ਹੋਈ ਉਸ ਤੋਂ ਬਾਅਦ ਇੱਕ ਵੱਡੀ ਸਿਆਸਤ ਕਰਦੇ ਹੋਏ ਨਜ਼ਰ ਆਏ ਰਵਨੀਤ ਬਿੱਟੂ। ਅਤੇ ਇੱਥੇ ਦੋ ਗੱਲਾਂ ਹੋਰ ਗੌਰ ਦੇਣ ਵਾਲੀਆਂ ਸੀ ਕਿ ਇੱਕ ਤਾਂ ਉਹਨਾਂ ਨੂੰ ਟਿਕਟ ਔਫਰ ਕੀਤੀ ਗਈ ਅਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਮੰਨਦੇ ਹੋਏ ਵੀ ਨਜ਼ਰ ਆਏ ਬਲਕੌਰ ਸਿੰਘ ਕਿ ਠੀਕ ਆ ਵੀ ਜਿਹੜੀ ਪਾਰਟੀ ਮੇਰੇ ਪੁੱਤ ਦਾ ਇਨਸਾਫ ਦੇਣ ਦੇ ਵਿੱਚ ਮਦਦ ਕਰੇਗੀ ਮੈਂ ਉਹਦਾ ਸਾਥ ਦੇਵਾਂਗਾ। ਅਤੇ ਮੁੱਢੋ ਮੁੱਢੀ ਦੀ ਵੀ ਜੇਕਰ ਗੱਲ ਕੀਤੀ ਜਾਵੇ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਰਾਜਾ ਵੜਿੰਗ ਦੇ ਵੱਲੋਂ ਹਿਮਾਇਤ ਦੇ ਕੇ ਅੱਗੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਹੋਰ ਵੱਡੇ ਲੀਡਰ ਇਸ ਸਭ ਦੇ ਵਿੱਚ ਮੌਜੂਦ ਸੀ, ਪਰ ਇੱਥੇ ਗੌਰ ਦੇਣ ਵਾਲੀ ਇਹ ਗੱਲ ਹੈ ਕਿ ਇਨਸਾਫ ਜਿਹੜਾ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ ਮਾਨਸਾ ਕੋਰਟ ਦੇ ਵੱਲੋਂ ਅਹਿਮ ਫੈਸਲਾ ਹੈ। ਤਾਂ ਮੈਂ ਚਾਹੁੰਦੀ ਕਿ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਕਿ ਕਿਹੜਾ ਉਹ ਫੈਸਲਾ ਮਾਨਸਾ ਕੋਰਟ ਦੇ ਵੱਲੋਂ ਕੀਤਾ ਗਿਆ। ਬਿਲਕੁਲ, ਅਤੇ ਇੱਥੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਸਾਰੇ ਦਰਸ਼ਕਾਂ ਨੂੰ ਜੋ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਨੇ ਫੈਨਸ ਨੇ, ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਲੋਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਇੱਕ ਬਹੁਤ ਵੱਡਾ ਨਾਮ ਬੋਲਦਾ ਸੀ ਇਸ ਕੇਸ ਦੇ ਵਿੱਚ, ਅਤੇ ਉਹੀ ਗੱਲ ਹੋਈ ਉਹਨਾਂ ਦੇ ਵਿੱਚ ਇਹ ਟੋਟਲ ਜਿਹੜੇ ਅਪਰਾਧੀ ਸੀ ਦੋਸ਼ੀ ਸੀ ਉਹ 31 ਅਪਰਾਧੀ ਸੀ। 31 ਦੋਸ਼ੀਆਂ ਦੇ ਵਿੱਚੋਂ 4 ਮਾਰੇ ਗਏ ਨੇ, 2 ਇਨਕਾਊਂਟਰ ਦੇ ਵਿੱਚ ਮਾਰੇ ਗਏ, 2 ਗੋਇੰਦ ਇਕਬਾਲ ਜੇਲ੍ਹ ਦੇ ਵਿੱਚ ਆਪਸੀ ਮੁੜਭੇੜ ਦੇ ਵਿੱਚ ਮਾਰੇ ਗਏ। ਤਾਂ ਰਹਿ ਗਏ 27, ਤਾਂ ਉਹਨਾਂ ਦੇ ਮਮਤਾ ਇਹ ਗੱਲ ਦੇਖੋ ਕਿੰਨੀ ਧਿਆਨ ਦੇਣ ਵਾਲੀ ਹੈ ਕਿ
ਉਹਨਾਂ 27 ਦੋਸ਼ੀਆਂ ਦੇ ਖਿਲਾਫ ਹਜੇ ਤੱਕ ਦੋਸ਼ੀ ਤੈਅ ਨਹੀਂ ਹੋਇਆ ਸੀ ਵੀ ਉਹਨਾਂ ਨੇ, ਬੜੀ ਹੈਰਾਨੀ ਵਾਲੀ ਗੱਲ ਹੈ ਵੀ ਉਹਨਾਂ ਨੇ ਇਹ ਕੰਮ ਕੀਤਾ ਹੈ ਕਿ ਨਹੀਂ ਕੀਤਾ। ਹਾਲਾਂਕਿ ਅਸੀਂ ਬਹੁਤ ਸਾਰੀਆਂ ਪੋਸਟਾਂ ਦੇਖੀਆਂ ਉਹਨਾਂ ਦੀ, ਚਲੋ ਪੁਸ਼ਟੀ ਤਾਂ ਅਸੀਂ ਨਹੀਂ ਕਰਦੇ ਕਿਉਂਕਿ ਗੈਂਗ ਦੇ ਵੱਲੋਂ ਅਲੱਗ ਅਲੱਗ ਤਰੀਕੇ ਦੀਆਂ ਪੁਸ਼ਟੀਆਂ ਆਈਆਂ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰਿਆ, ਅਸੀਂ ਮਾਰਿਆ। ਅਸੀਂ ਉਸ ਮਈ ਮਹੀਨੇ ਦੀ ਗੱਲ ਕਰ ਲਈਏ, 29 ਮਈ ਦੀ, ਤਾਂ ਉਸ ਮਹੀਨੇ ਦੇ ਵਿੱਚ ਜਾਂ ਉਸ ਤੋਂ ਬਾਅਦ ਅਗਲੇ ਮਹੀਨੇ ਵੀ ਬਹੁਤ ਸਾਰੇ ਐਵੇਂ ਦੀਆਂ ਪੋਸਟਾਂ ਅਸੀਂ ਵੇਖੀਆਂ। ਤਾਂ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੋਸ਼ ਹੀ ਤੈਅ ਨਹੀਂ ਹੋਏ ਸੀ। ਇਹ ਨਹੀਂ ਤੈਅ ਕੀਤਾ ਜਾ ਰਿਹਾ ਸੀ ਕਿ ਕੌਣ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੋਸ਼ੀ ਹੈ। ਅਤੇ ਅੱਜ ਇੱਕ ਕਹਿੰਦੇ ਕਿ ਇੱਕ ਵੱਡੀ ਗੱਲ ਹੈ, ਵੱਡੀ ਖਬਰ ਹੈ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਉਹ 27 ਦੋਸ਼ੀ ਸੀ ਉਹਨਾਂ ਉੱਤੇ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਗਈ ਸੀ, ਉਹਨਾਂ ਦੇ ਜਿਹੜੇ ਦੋਸ਼ ਹੈ ਉਹ ਆਇਦ ਕਰ ਦਿੱਤੇ ਗਏ ਨੇ। ਮਤਲਬ ਕਿ ਤੈਅ ਕਰ ਦਿੱਤੇ ਗਏ ਨੇ ਕਿ ਇਹ ਮੰਨ ਲਿਆ ਗਿਆ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਵੋਲਵਮੈਂਟ ਉਹਨਾਂ ਦੀ ਇਸ ਮਾਮਲੇ ਦੇ ਵਿੱਚ ਸੀ। ਅਤੇ ਹੁਣ 20 ਮਈ ਤੋਂ ਬਾਅਦ ਇਹਨਾਂ ਦੀ ਰੈਗੂਲਰ ਪੇਸ਼ੀ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ। ਤਾਂ ਰੈਗੂਲਰ ਤਰੀਕੇ ਦੇ ਨਾਲ ਇਸ ਕੇਸ 'ਤੇ ਹੁਣ ਗੱਲਬਾਤ ਹੋਏਗੀ, ਸੁਣਵਾਈ ਹੋਵੇਗੀ, ਫਿਰ ਫੈਸਲਾ ਆਊਗਾ ਅਤੇ ਸਜ਼ਾ ਵੀ ਦਿੱਤੀ ਜਾਵੇ। ਬਿਲਕੁਲ, ਟ੍ਰਾਇਲ ਇਸ ਨੂੰ ਲੈ ਕੇ ਚੱਲਣਗੇ। ਕਈ ਜਿਹੜੀਆਂ ਵੈਬਸਾਈਟਸ ਨੇ ਉਹਨਾਂ ਦੇ ਉੱਤੇ 15 ਮਈ ਦਾ ਵੀ ਜ਼ਿਕਰ ਕੀਤਾ ਗਿਆ ਹੈ, ਕਈ ਵੈਬਸਾਈਟਸ ਦੇ ਉੱਤੇ 20 ਮਈ ਦਾ ਵੀ ਜ਼ਿਕਰ ਕੀਤਾ ਗਿਆ ਹੈ। ਅਤੇ ਜਿਹੜੀ ਅਗਲੀ ਸੁਣਵਾਈ ਹੈ ਉਸਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਸੁਣਵਾਈ 22 ਮਈ ਨੂੰ ਹੋਵੇਗੀ ਇਸ ਕੇਸ ਨੂੰ ਲੈ ਕੇ। ਤਾਂ ਸਥਾਨਕ ਮਾਨਯੋਗ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਜ਼ਰੂਰ ਕੀਤਾ ਗਿਆ ਹੈ ਅਤੇ ਕਿਤੇ ਨਾ ਕਿਤੇ ਇਸ ਫੈਸਲੇ ਦਾ ਸਵਾਗਤ ਵੀ ਪਿਤਾ ਬਲਕੌਰ ਸਿੰਘ ਦੇ ਵੱਲੋਂ ਜ਼ਰੂਰ ਕੀਤਾ ਗਿਆ ਹੈ। ਤਾਂ ਬਿਲਕੁਲ, ਇੱਥੇ ਇਹ ਵੀ ਗੱਲ ਜੇਕਰ ਆਪਾਂ ਯਾਦ ਕਰੀਏ ਲੰਘੇ ਸਮੇਂ ਦੀ ਕਿ ਉਸ ਦਿਨ ਪਿੰਡ ਜਵਾਰਕੇ ਦੇ ਵਿੱਚ 29 ਮਈ ਨੂੰ ਕਰੀਬ 4:45 ਦਾ ਸਮਾਂ ਸੀ ਜਦੋਂ ਗੋਲੀਆਂ ਦੇ ਨਾਲ ਭੁੰਨ ਕੇ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਤੇ ਜਿਵੇਂ ਤੁਸੀਂ ਪੋਸਟਾਂ ਦਾ ਜ਼ਿਕਰ ਕੀਤਾ, ਕੋਈ ਕਰੀਬ 6:45 ਇੰਸੀਡੈਂਟ ਵਾਪਰਦਾ ਹੈ ਅਤੇ 6 ਤੋਂ 6:30 ਦੇ ਵਿਚਕਾਰ ਪੋਸਟ ਆ ਜਾਂਦੀ ਹੈ ਰਾਮ ਰਾਮ ਸਾਰੇ ਭਾਈਓ ਕੋ, ਇਹ ਜਿਹੜਾ ਸਿੱਧੂ ਮੂਸੇਵਾਲਾ ਦਾ ਕੰਮ ਹੋਇਆ ਇਹ ਅਸੀਂ ਕੀਤਾ। ਅਤੇ ਜ਼ਿੰਮੇਵਾਰੀ ਜਿਹੜੀ ਹੈ ਇਹ ਇਸ ਕਰਕੇ ਲਈ ਗਈ ਕਿ ਅਸੀਂ ਵਿੱਕੀ ਮਿੱਡੂ ਖੇੜਾ ਜੋ ਕਿ ਯੂਥ ਅਕਾਲੀ ਆਗੂ ਸੀ ਉਹਦੇ ਕਤਲ ਦਾ ਅਸੀਂ ਬਦਲਾ ਲਿਆ ਹੈ। ਸ਼ਗਨਪ੍ਰੀਤ ਦਾ ਨਾਮ ਸਾਹਮਣੇ ਆਇਆ, ਉਸ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਇਸ ਇੱਥੇ ਲਿਆ ਕੇ ਪੁੱਛਗਿੱਛ ਕੀਤੀ ਗਈ, ਕਈ ਤਰ੍ਹਾਂ ਦੀਆਂ ਉਸ ਸਮੇਂ ਗੱਲਾਂ ਸਾਹਮਣੇ ਆਈਆਂ, ਕਈ ਤਰ੍ਹਾਂ ਦੇ ਤੱਤ ਬਣਦੇ ਹੋਏ ਨਜ਼ਰ ਆਏ। ਪਰ ਜੇਕਰ ਆਪਾਂ ਇਸ ਵੇਲੇ ਸਿਆਸਤ ਦੀ ਸਥਿਤੀ ਦੀ ਗੱਲ ਕਰ ਲਈਏ ਇਸ ਸਭ ਦੇ ਵਿਚਾਲੇ, ਤਾਂ ਜਿਸ ਤਰੀਕੇ ਦੇ ਨਾਲ ਇਨਸਾਫ ਕੁਛ ਹੱਦ ਤੱਕ ਮਿਲਦਾ ਹੋਇਆ ਨਜ਼ਰ ਆ ਰਿਹਾ, ਇੱਥੇ ਵੀ ਸਵਾਲ ਵੱਡੇ ਨੇ ਕਿ ਜੇਕਰ ਸਿੱਧੂ ਮੂਸੇਵਾਲਾ ਜੀ ਇੱਕ ਵੱਡੀ ਹਸਤੀ ਜਿਸ ਨੂੰ ਕਿ ਹੁਣ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਲੋਕ ਇਨਸਾਫ ਜਿੱਥੇ ਮੰਗਦੇ ਹੋਏ ਨਜ਼ਰ ਆ ਰਹੇ ਨੇ, ਤਾਂ ਕੱਟੜ ਫੈਨ ਟਾਈਪ ਕਹਿ ਸਕਦੇ ਹਾਂ ਲੋਕ ਉਹਨਾਂ ਦੇ ਉੱਥੇ ਬਣਦੇ ਹੋਏ ਨਜ਼ਰ ਆਏ, ਜੇਕਰ ਅਜਿਹੀ ਹਸਤੀ ਨੂੰ ਹੀ ਇਨਸਾਫ ਨਹੀਂ ਮਿਲਿਆ ਤਾਂ ਆਮ ਲੋਕਾਂ ਦਾ ਕੀ ਬਣੇਗਾ। ਬਿਲਕੁਲ, ਇੱਥੇ ਇਹ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ। ਪਰ ਉੱਥੇ ਕਿਤਨਾ ਕਿਤੇ ਮਾਨਸਾ ਕੋਰਟ ਦੀ ਵੱਡੀ ਕਾਰਵਾਈ ਹੈ, ਕਿਉਂਕਿ ਸਿਆਸਤ ਦੇ ਵਿੱਚ ਆਉਣਾ ਨਾ ਆਉਣਾ ਉਹ ਇੱਕ ਅਲੱਗ ਗੱਲ ਸੀ, ਪਰ ਇਸ ਨੂੰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੇ ਬਲਕੌਰ ਸਿੰਘ ਨੇ ਇਹ ਗੱਲ ਆਖੀ ਹੈ ਕਿ ਮੈਨੂੰ ਸਿਆਸਤ ਦੇ ਵਿੱਚ ਉਦੋਂ ਕਦਮ ਰੱਖਣਾ ਪਵੇਗਾ ਜਦੋਂ ਮੇਰੇ ਮੁੰਡੇ ਨੂੰ ਇਨਸਾਫ ਮਿਲਦਾ ਜਮ੍ਹਾਂ ਵੀ ਮੈਨੂੰ ਨਜ਼ਰ ਨਹੀਂ ਆਵੇਗਾ, ਉਦੋਂ ਮੈਂ ਸਿਆਸਤ ਦੀ ਪੌੜੀ 'ਤੇ ਪੈਰ ਰੱਖਾਂਗਾ, ਲੋਕਾਂ ਦੇ ਸਮਰਥਨ ਦੇ ਨਾਲ ਅੱਗੇ ਵਧਾਂਗਾ। ਕਿਉਂਕਿ ਕਿਤਨਾ ਕਿਤੇ ਮਮਤਾ ਤੁਸੀਂ ਇਹ ਚੀਜ਼ ਦੇਖੋ ਕਿ ਲਗਾਤਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ, ਉਹਨਾਂ ਦੇ ਫੈਨਸ, ਉਹਨਾਂ ਦੇ ਫਰੈਂਡਸ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ, ਕਤਲ ਮਾਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਅਤੇ ਇੱਥੇ ਇੱਕ ਇਹ ਵੀ ਵੇਖਣਾ ਬਾਕੀ ਹੈ ਕਿ 24 ਮਹੀਨੇ ਬਾਅਦ ਸਿਰਫ ਦੋਸ਼ ਤੈਅ ਹੋਏ ਨੇ, ਹਜੇ ਅੱਗੇ ਕਿੰਨੀ ਹਾਇਰਿੰਗ ਚੱਲਣੀ ਹੈ, ਹਾਇਰਿੰਗ ਤੋਂ ਬਾਅਦ ਹਜੇ ਫੈਸਲੇ ਆਉਣੇ ਨੇ, ਹਜੇ ਬਹੁਤ ਕੁਛ ਬਾਕੀ ਹੈ। ਤਾਂ ਉੱਥੇ ਜੇ ਅਸੀਂ ਗੱਲ ਕਰੀਏ, ਜੇ ਸਿਆਸਤ ਦੇ ਵਿੱਚ
ਬਲਕੌਰ ਸਿੰਘ ਐਂਟਰੀ ਕਰ ਜਾਂਦੇ ਨੇ ਤਾਂ ਇਸਦਾ ਇੱਕ ਅਲੱਗ ਰੁਤਬਾ ਵੀ ਵੇਖਣ ਨੂੰ ਮਿਲ ਸਕਦਾ ਕਿਉਂਕਿ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਸਿੱਧੂ ਮੂਸੇਵਾਲਾ ਦੇ ਫਾਦਰ ਨੂੰ ਮਿਲ ਸਕਦੀ ਹੈ। ਤਾਂ ਇਹ ਕਿਸੇ ਵੀ ਪਾਰਟੀ ਨੂੰ ਜੇ ਪਾਰਟੀਆਂ ਫਾਇਦਾ ਲੈਣ ਦੀ ਗੱਲ ਕਰਦੀਆਂ ਨੇ ਤਾਂ ਇੱਕ ਕਹਿ ਸਕਦੇ ਹਾਂ ਕਿ ਇੱਕ ਇੱਕ ਸਿਰਨਾਮਾ ਇੱਕ ਸਾਹਮਣੇ ਆ ਜਾਵੇਗਾ ਕਿ ਹਾਂ ਬਲਕੌਰ ਸਿੰਘ ਜੇ ਚੋਣ ਲੜਨਗੇ ਤਾਂ ਜਿੱਤ ਵੀ ਕਿਤੇ ਨਾ ਕਿਤੇ ਮਿਲ ਸਕਦੀ ਹੈ। ਇੱਥੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ, ਜਦੋਂ ਜਲੰਧਰ ਦੇ ਵਿੱਚ ਜਿਮਨੀ ਚੋਣਾਂ ਸੀ ਸਿਮਰਨ, ਉਸ ਵੇਲੇ ਵੀ ਬਲਕੌਰ ਸਿੰਘ ਉੱਥੇ ਪਹੁੰਚਦੇ ਨੇ, ਖਾਸ ਤੌਰ ਦੇ ਉੱਤੇ ਕੁਝ ਪਾਰਟੀਆਂ ਦਾ ਜ਼ਿਕਰ ਕਰਦੇ ਨੇ ਕਿ ਇਹਨਾਂ ਨੂੰ ਵੋਟ ਨਾ ਪਾਇਓ, ਇਸ ਤਰ੍ਹਾਂ ਇਨਸਾਫ ਨਹੀਂ ਹੈ। ਪਰ ਉਸ ਸਮੇਂ ਉਹਨਾਂ ਦਾ ਜੋ ਉਹਨਾਂ ਦੇ ਬਿਆਨ ਸੀਗੇ ਉਹਦਾ ਓਨਾ ਅਸਰ ਦੇਖਣ ਨੂੰ ਮਿਲਿਆ ਨਹੀਂ, ਅਤੇ ਆਪਾਂ ਇੰਨੀ ਕੋਈ ਇਸ ਚੀਜ਼ ਦੀ ਅਸ਼ੋਰੈਂਸ ਨਹੀਂ ਕਰ ਸਕਦੇ ਵੀ ਜੇ ਬਲਕੌਰ ਸਿੰਘ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਐਂਟਰੀ ਕਰ ਲੈਂਦੇ ਨੇ ਤਾਂ ਜਿਵੇਂ ਦਾ ਸਾਥ ਸਿੱਧੂ ਮੂਸੇਵਾਲਾ ਕਰਕੇ ਉਹਨਾਂ ਨੂੰ ਮਿਲ ਰਿਹਾ, ਉਨਾ ਹੀ ਭਰਮਾ ਹੁੰਗਾਰਾ ਜਿਹੜਾ ਉਹਨਾਂ ਨੂੰ ਸਿਆਸਤ ਦੇ ਵਿੱਚ ਵੀ ਦੇਖੀਏ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ, ਮੈਂ ਵੀ ਇਹ ਗੱਲ ਕਹਿ ਰਹੀ ਹਾਂ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਇੱਕ ਚੰਗੀ ਜਿੱਤ ਮਿਲ ਜਾਵੇ, ਕਿਉਂਕਿ ਹੁਣ ਸਿੱਧੂ ਮੂਸੇ ਕਹਿੰਦੇ ਹੁੰਦੇ ਨਾ ਕਿ ਜਦੋਂ ਕੋਈ ਬੰਦਾ ਮਰ ਜਾਂਦਾ ਤਾਂ ਉਸਦੀ ਕਦਰ ਉਸ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੀ ਹੈ, ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗਦਾ ਹੈ ਕਿ ਉਹ ਜਿਹੜਾ ਇਨਸਾਨ ਉਹ ਕਿੰਨਾ ਰੁਤਬਾਕਾਰ ਸਾਡੀ ਜ਼ਿੰਦਗੀ ਦੇ ਵਿੱਚ ਮੈਟਰ ਕਰ ਰਿਹਾ ਸੀ। ਤਾਂ ਉਹੀ ਗੱਲ, ਸਿੱਧੂ ਮੂਸੇਵਾਲਾ ਜਦੋਂ ਤੱਕ ਸਿੱਧੂ ਮੂਸੇਵਾਲਾ ਨੂੰ ਜਦੋਂ ਚੋਣ ਲੜੀਆਂ ਉਸ ਸਮੇਂ ਕਿਸੇ ਨੇ ਸਾਥ ਨਹੀਂ ਦਿੱਤਾ, ਸਭ ਕਹਿੰਦੇ ਸੀ ਵੀ ਇਹ ਆਕੜ ਹੈ, ਇਸ ਵਿੱਚ ਈਗੋ ਹੈ, ਇਹ ਹਵਾਬਾਜ਼ੀ ਕਰਦਾ, ਹਥਿਆਰਾਂ ਦੀਆਂ ਗੱਲਾਂ ਕਰਦਾ। ਜਿਸ ਦਿਨ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਉਸ ਤੋਂ ਬਾਅਦ ਉਹੀ ਕੁਝ ਫੈਨਸ ਜੋ ਉਹਦੇ ਤੋਂ ਟੁੱਟ ਚੁੱਕੇ ਸੀ ਤਾਂ ਉਸ ਸਮੇਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਸੀ ਤਾਂ ਉਹ ਬਾਅਦ ਵਿੱਚ ਰਿਗਰੈਟ ਫੀਲ ਕਰਦੇ ਰਹੇ ਕਿ ਕਾਸ਼ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਜਿਤਾਇਆ ਹੁੰਦਾ ਤਾਂ ਹੋ ਸਕਦਾ ਹੈ ਕਿ ਜਿਹੜੀ ਆ ਅਨਹੋਨੀ ਹੋਈ ਹੈ ਉਹ ਨਾ ਹੋਈ ਹੋਵੇ। ਬਿਲਕੁਲ, ਅਜਿਹਾ ਤਾਂ ਅਸੀਂ ਸੋਚਦੇ ਹਾਂ ਸ਼ਾਇਦ ਮੈਂ ਇੱਦਾਂ ਕਰਦਾ ਤਾਂ ਇੱਦਾਂ ਨਾ ਹੁੰਦਾ, ਸ਼ਾਇਦ ਅਸੀਂ ਇੱਦਾਂ ਕਰ ਲੈਂਦੇ ਤਾਂ ਇੱਦਾਂ ਨਾ ਹੁੰਦਾ। ਖੈਰ ਇਹ ਤਾਂ ਸੋਚਣ ਦੀਆਂ ਗੱਲਾਂ ਹੀ ਰਹਿ ਜਾਂਦੀਆਂ ਨੇ। ਪਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਾਂਗਰਸ ਦੀ, ਅਤੇ ਚੋਣ ਪ੍ਰਚਾਰ ਵੀ ਇੱਥੇ ਦੱਸਦੀ ਕਿ ਲਗਾਤਾਰ ਸਿਆਸੀ ਪਾਰਟੀਆਂ ਦੇ ਵੱਲੋਂ ਜਾਰੀ ਹੈ। ਕਾਂਗਰਸ ਨੂੰ ਜਿੱਥੇ ਕਿ ਦਲਵੀਰ ਗੋਲਡੀ ਦੇ ਵੱਲੋਂ ਵੱਡਾ ਝਟਕਾ ਲੱਗਾ, ਉੱਥੇ ਹੀ ਜਗਰਾਓਂ ਦੇ ਵਿੱਚ ਵੀ ਇੱਕ ਵੱਡਾ ਝਟਕਾ ਜ਼ਰੂਰ ਲੱਗਦਾ ਹੋਇਆ ਨਜ਼ਰ ਆ ਰਿਹਾ। ਅਤੇ ਇਹ ਮੈਂ ਝਟਕੇ ਦਾ ਗੱਲ ਇਸ ਲਈ ਵੀ ਕਰ ਰਹੀ ਹਾਂ ਕਿ ਜੇ ਜਿਸ ਤਰੀਕੇ ਦੇ ਨਾਲ ਕਾਂਗਰਸ ਉਹਨਾਂ ਨੂੰ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੇ ਬਲਕੌਰ ਸਿੰਘ ਉਹਨਾਂ ਦਾ ਸਾਥ ਨਹੀਂ ਦਿੰਦੇ ਤਾਂ ਇਹ ਵੀ ਇੱਕ ਵੱਡਾ ਝਟਕਾ ਇਨਡਾਇਰੈਕਟ ਵੇ ਦੇ ਲਈ ਹੋਵੇਗਾ ਦੋਨਾਂ ਦੇ। ਬਿਲਕੁਲ, ਉਹ ਹੋ ਸਕਦਾ ਕਿਉਂਕਿ ਲਗਾਤਾਰ ਜੇ ਅਸੀਂ ਦੇਖੀਏ ਤਾਂ ਸਿਆਸਤ ਦੇ ਵਿੱਚ ਵੱਡੇ ਨਾਮ ਸ਼ਾਮਿਲ ਹੁੰਦੇ ਵਿਖਾਈ ਦੇ ਰਹੇ ਨੇ, ਤਾਂ ਕੁਝ ਵੀ ਹੋਏ ਇੰਡਸਟਰੀ ਦੇ ਲੋਕ ਕਹਿ ਸਕਦੇ ਹਾਂ, ਕੁਝ ਵੱਡੇ ਫੇਮ ਨੇਮ ਵਾਲੇ ਕਲਾਕਾਰਾਂ ਨੂੰ ਅਦਾਕਾਰਾਂ ਨੂੰ ਪਾਰਟੀਜ਼ ਟਿਕਟ ਦੇ ਰਹੀਆਂ ਨੇ, ਤਾਂ ਇਸ ਕਰਕੇ ਕਿਉਂਕਿ ਲੋਕਾਂ ਨੂੰ ਲੁਭਾਉਣਾ ਜ਼ਰੂਰੀ ਹੈ। ਪਰ ਮੈਂ ਅੱਜ ਇੱਕ ਸਰਵੇ ਪੜ੍ਹਿਆ, ਮੈਂ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗੀ ਕਿ ਇੱਕ ਸਰਵੇ ਅਜਿਹਾ ਆਇਆ ਕਿ ਇਸ ਵਾਰ ਪੰਜਾਬ ਦੇ ਵਿੱਚ ਉਸ ਤਰੀਕੇ ਦੀ ਰੌਣਕ ਚੋਣਾਂ ਨੂੰ ਲੈ ਕੇ ਨਹੀਂ ਵਿਖੀ ਜੋ ਅਕਸਰ ਹੀ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੇਖੀ, ਵਿਧਾਨ ਸਭਾ ਚੋਣਾਂ ਦੇ ਵਿੱਚ ਵੇਖੀਆਂ, ਆਮ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਜਿਵੇਂ ਕੈਂਡੀਡੇਟਸ ਦੇ ਵਿੱਚ ਬਹੁਤ ਜੋਸ਼ ਦੇਖਣ ਨੂੰ ਮਿਲ ਰਿਹਾ। ਮੈਨੂੰ ਲੱਗਦਾ ਕਿ ਇਸ ਵਾਰ ਜਨਤਾ ਵੀ ਕਾਫੀ ਸੁਸਤ ਇਸ ਮਾਮਲੇ ਦੇ ਵਿੱਚ ਲੱਗਦੀ ਨਜ਼ਰ ਆਈ, ਕਿਉਂਕਿ ਰਿਪੋਰਟ ਦੇ ਕੁਝ ਆਂਕੜੇ ਆਏ ਸਨ ਅਤੇ ਉਸ ਆਂਕੜੇ ਦੇ ਵਿੱਚ ਸਾਫ਼ ਸੀਗੀ ਕਿ ਜਿਸ ਤਰੀਕੇ ਦੇ ਨਾਲ ਪਹਿਲੀਆਂ ਵੋਟਾਂ ਹੁੰਦੀਆਂ ਸੀ, ਪਿਛਲੇ ਅਸੀਂ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਉਸ ਵਿੱਚ ਬੜੇ ਹੀ ਠਾਠ ਪਾਠ ਦੇ ਨਾਲ ਬੜੇ ਹੀ ਬੈਨਰਸ ਲਗਾ ਕੇ ਝੰਡੇ ਫੜ ਕੇ ਹਰ ਇੱਕ ਪਾਰਟੀ ਆਪਦੇ ਕੁਛ ਨਾ ਕੁਛ ਲੋਗੋ ਦੇ ਕੇ ਇੱਕ ਅਲੱਗ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਾ ਸੀ, ਆਪਦੀ ਇੱਕ ਪ੍ਰਚਾਰ ਕਰਨ ਦੀ ਇੱਕ ਅਲੱਗ ਵਿਧ ਹੁੰਦੀ ਸੀ। ਪਰ ਹੁਣ ਇਸ ਵਾਰ ਉਹ ਸਭ ਕੁਝ ਕਿਤੇ ਨਾ ਕਿਤੇ ਮੱਠਾ ਨਜ਼ਰ ਆਇਆ। ਬਿਲਕੁਲ, ਇਹਨੂੰ ਤੁਸੀਂ ਜ਼ਿਕਰ ਕਰ ਰਹੇ ਸੀ, ਮੇਰੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਘੁੰਮ ਰਹੀਆਂ ਸੀ ਕਿ ਪਹਿਲਾਂ ਵਾਲੀਆਂ ਗੱਲਾਂ ਤਾਂ ਹੁਣ ਕਿੱਥੇ ਰਹੀਆਂ। ਇਹ ਪਹਿਲਾਂ ਵਾਲੀ ਗੱਲ ਤਾਂ ਸਾਨੂੰ ਕਿਸੇ ਵੀ ਚੀਜ਼ 'ਚ ਨਹੀਂ ਮਿਲਦੀ, ਚਾਹੇ ਉਹ ਕਲਚਰ ਵਾਈਜ਼ ਹੋਵੇ, ਚਾਹੇ ਉਹ ਖਾਣ ਪੀਣ ਨੂੰ ਲੈ ਕੇ ਹੋਵੇ, ਚਾਹੇ ਲੋਕਾਂ ਦਾ ਲੋਕਾਂ ਦੇ ਨਾਲ ਮੇਲ ਮਿਲਾਪ ਹੋਵੇ, ਵਰਤਣਾ ਹੋਵੇ, ਅਤੇ ਚੋਣਾਂ ਦਾ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ ਕਿ ਪਹਿਲਾਂ ਜਿਹੜੀ ਡੈਫੀਨੇਸ਼ਨ ਸੀ ਉਹ ਹੋਰ ਸੀ, ਹੁਣ ਉਹ
ਚੇਂਜ ਹੁੰਦਾ ਜਾ ਰਿਹਾ। ਸਭ ਤੋਂ ਪਹਿਲਾਂ ਭੰਬਲ ਭੂਸੇ ਦੇ ਵਿੱਚ ਤਾਂ ਲੋਕ ਸਿਮਰਨ ਇਸ ਕਰਕੇ ਵੀ ਮੈਨੂੰ ਲੱਗਦਾ ਨਜ਼ਰ ਆ ਰਹੇ ਹੈ ਕਿ ਅੱਜ ਰਾਤ ਉਹ ਕਿਸੇ ਵੱਡੇ ਆਗੂ ਦੇ ਨਾਲ ਬੈਠੇ ਹੁੰਦੇ ਨੇ ਕਿਸੇ ਹੋਰ ਪਾਰਟੀ ਦੇ ਲਈ, ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਸਵੇਰੇ ਤਾਂ ਇਹ ਹੋਰ ਪਾਰਟੀ ਦੇ ਹੋ ਗਏ ਨੇ। ਤੇ ਮੈਨੂੰ ਲੱਗਦਾ ਵੀ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ, ਇੱਕ ਖੁਦ ਦੇ ਦਿਮਾਗ ਨੂੰ ਵੀ ਇੱਕ ਇੱਕ ਅਲੱਗ ਹੀ ਤਰੀਕੇ ਦੀ ਟੈਨਸ਼ਨ ਹੈ, ਜਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਖੁਦ ਹੀ ਨਹੀਂ ਪਤਾ ਲੱਗ ਰਿਹਾ, ਉਹ ਖੁਦ ਹੀ ਛੱਡਿਆ ਹੋਇਆ ਕਿ ਦੇਖਾਂਗੇ ਵੀ ਚੋਣਾਂ ਵਾਲੇ ਦਿਨ ਕੀ ਹੋਣਾ। ਉਸ ਤੋਂ ਪਹਿਲਾਂ ਕਿਸੇ ਨੂੰ ਵੀ ਕੋਈ ਇੰਟਰਸਟ ਇੰਨਾ ਕੁਛ ਲੱਗਦਾ ਚੋਣਾਂ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ। ਮੈਨੂੰ ਇਹ ਲੱਗਦਾ ਸਿਮਰਨ ਕਿ ਸ਼ਾਇਦ ਹੋ ਸਕਦਾ ਮੇਰਾ ਆਪਣੇ ਵੀ ਓਪੀਨੀਅਨ ਹੋਵੇ, ਜਾਂ ਫਿਰ ਜਿੰਨਾ ਵੀ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਲੋਕ ਕਿਤੇ ਨਾ ਥੋੜ੍ਹੇ ਅੱਕੇ ਪਏ ਆ। ਬਿਲਕੁਲ, ਜਦੋਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਵੱਡੀ ਗਿਣਤੀ ਦੇ ਵਿੱਚ ਇਸ ਲਈ ਪਈ ਸੀ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਸੀ, ਪਰ ਹੁਣ ਜੋ ਹਾਲਾਤ ਨੇ, ਅਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਵਿਰੁੱਧ ਤਾਂ ਕੁਛ ਨਹੀਂ ਕਹਿਣਾ ਚਾਹੁੰਦੇ ਅਤੇ ਨਾ ਹੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰ ਸਕਦੇ ਹਾਂ, ਪਰ ਇਹ ਜ਼ਰੂਰ ਆ ਜੋ ਅਸੀਂ ਨੋਟਿਸ ਕੀਤਾ ਵੀ ਲੋਕ ਜਿਹੜੇ ਆ ਉਹ ਇੰਨੇ ਜ਼ਿਆਦਾ ਅੱਕ ਗਏ ਆ, ਕਿਉਂਕਿ ਉਹਨਾਂ ਦੇ ਜਿਹੜੇ ਆਪਣੇ ਮੁੱਦੇ ਆ, ਜਿਵੇਂ ਉਹਨਾਂ ਦੇ ਲਈ ਪਾਣੀ ਦਾ ਮੁੱਦਾ, ਬਹੁਤ ਸਾਰੀ ਜਗ੍ਹਾ ਦੇ ਉੱਤੇ ਸੜਕਾਂ ਟੁੱਟੀਆਂ ਪਈਆਂ ਨੇ, ਬਹੁਤ ਸੀਵਰੇਜ ਦੀ ਦਿੱਕਤ ਆ, ਲੋਕ ਪੀਣ ਵਾਲੇ ਪਾਣੀ ਤੋਂ ਮੁਹਤਾਜ ਨੇ, ਬਹੁਤ ਸਾਰੀ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਬਿਮਾਰੀਆਂ ਫੈਲੀਆਂ ਹੋਈਆਂ ਨੇ ਕਈ ਸਾਰੇ ਕਾਰਨਾਂ ਦਾ ਕਰਕੇ। ਇਸ ਤੋਂ ਇਲਾਵਾ ਸਫਾਈ ਦਾ ਮੁੱਦਾ ਹੈ, ਜੇ ਆਲ ਓਵਰ ਗੱਲ ਕਰ ਲਈਏ, SYL ਦਾ ਮੁੱਦਾ ਨਹੀਂ ਹੁਣ ਚੱਕਿਆ ਜਾ ਰਿਹਾ, ਪਰ ਜਦੋਂ ਇਸ ਮੁੱਦੇ ਦੇ ਉੱਤੇ ਰਾਜਨੀਤੀ ਕਰਨੀ ਹੁੰਦੀ ਹੈ ਤਾਂ ਬੜਾ ਫਟਾਫਟ ਉਹ ਮੁੱਦਾ ਆ ਜਾਂਦਾ, ਚੰਡੀਗੜ੍ਹ ਸਾਡਾ ਹੈ ਦਾ ਮੁੱਦਾ ਹੁਣ ਨਹੀਂ ਕੋਈ ਚੱਕ ਰਿਹਾ ਹੈਗਾ। ਇੱਥੇ ਇਹ ਮੇਰੇ ਗੱਲ ਦਿਲ ਦੇ ਵਿੱਚ ਜ਼ਰੂਰ ਆ ਰਹੀ ਹੈ ਵੀ ਸਿਆਸਤਦਾਨ ਵੱਡੇ ਪੱਧਰ ਦੇ ਉੱਤੇ ਰੈਲੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ, ਪਰ ਕਿਸੇ ਵੀ ਸਿਆਸਤਦਾਨ ਦੇ ਵੱਲੋਂ ਅਜਿਹਾ ਨਹੀਂ ਸੋਚਿਆ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਜਿਹੜੇ ਬਹੁਤ ਸਾਰੇ ਗਰੀਬ ਬੱਚੇ ਨੇ ਉਹਨਾਂ ਦੇ ਬੈਗ ਫੋਲੀਏ ਕਿ ਉਹਨਾਂ ਨੂੰ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ, ਕਿ ਉਹਨਾਂ ਦੇ ਕੋਲ ਇੰਨੀ ਗਰਮੀ ਦੇ ਵਿੱਚ ਲੂਹ ਵਰਦੀ ਹੋਈ ਗਰਮੀ ਹੈ ਕਿ ਉਹਨਾਂ ਦੇ ਬੈਗਾਂ ਦੇ ਵਿੱਚ ਛੋਟੀਆਂ ਕੋਈ ਬੋਟਲਸ ਹੈਗੀਆਂ। ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਜਿਹੜੇ ਨਿੱਜੀ ਅਦਾਰੇ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਜਿਵੇਂ ਬਹੁਤ ਸਾਰੇ ਦਾਨ ਦਿੰਦੇ ਨੇ ਲੋਕ, ਉਹਨਾਂ ਦੇ ਵੱਲੋਂ ਵੀ ਅਜਿਹੀ ਸੇਵਾ ਕਰ ਦਿੱਤੀ ਜਾਂਦੀ ਹੈ। ਪਰ ਇੱਥੇ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਐਵੇਂ ਦੇ ਉਪਰਾਲੇ ਕੀਤੇ ਜਾ ਰਹੇ ਨੇ, ਪਰ ਹਾਂ ਕਹਿੰਦੇ ਨੇ ਕਿ ਜਦੋਂ ਬਹੁਤ ਸਾਰੀ ਜਿਹੜੀ ਚੀਜ਼ ਛੱਡੀ ਗਈ ਹੋਵੇ ਜਾਂ ਫਿਰ ਨਹੀਂ ਹੋ ਪਾਈ ਗਈ ਹੋਵੇ, ਇੰਨੀ ਆਬਾਦੀ ਹੈ ਸਾਡੇ ਪੰਜਾਬ ਦੀ, ਤਾਂ ਇਹ ਕੰਮ ਹੌਲੀ ਹੌਲੀ ਨੇਪੜੇ ਚੜ ਜਾਣਗੇ। ਪਰ ਜਿਸ ਤਰੀਕੇ ਨਾਲ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਲੱਗ ਰਹੀ ਹਾਂ ਕਿ ਕੋਈ ਵੀ ਸਿਆਸਤਦਾਨ ਅਗਰ ਜੇ ਗਰਾਊਂਡ ਲੈਵਲ 'ਤੇ ਜਾ ਕੇ ਕੰਮ ਕਰਦਾ ਤਾਂ ਉਹਨਾਂ ਨੂੰ ਪਹਿਲਾਂ ਉਹਨਾਂ ਗਰੀਬ ਬੱਚਿਆਂ ਨੂੰ ਉਹਨਾਂ ਗਰੀਬ ਪਰਿਵਾਰਾਂ ਦੇ ਵੱਲ ਜ਼ਰੂਰ ਝਾਤ ਮਾਰਨੀ। ਬਿਲਕੁਲ, ਇੱਥੇ ਇਹ ਵੀ ਜ਼ਰੂਰ ਦੱਸ ਦਈਏ ਕਿ ਅਜਿਹਾ ਨਹੀਂ ਹੈ ਕਿ ਸਰਕਾਰ ਦੇ ਵੱਲੋਂ ਕੰਮ ਨਹੀਂ ਕੀਤਾ ਗਿਆ, ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਹੈ, ਪੜ੍ਹਾਈ ਜਿਹੜੀ ਹੈ ਬਹੁਤ ਫ੍ਰੀ ਕੀਤੀ ਗਈ ਹੈ ਬੱਚਿਆਂ ਦੀ, ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਉਹ ਬੱਚੇ ਡਿਜ਼ਰਵ ਕਰਦੇ ਨੇ, ਪਰ ਉਹਨਾਂ ਨੂੰ ਉਸ ਹੱਦ ਤੱਕ ਨਹੀਂ ਮਿਲਦੀਆਂ। ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਸਾਰੇ ਪਰਿਵਾਰਾਂ ਦੀਆਂ ਨੇ। ਮਜ਼ਦੂਰ ਦਿਵਸ ਕੱਲ੍ਹ ਬਣਾਇਆ ਗਿਆ, ਪਰ ਕੀ ਸੱਚਮੁੱਚ ਮਜ਼ਦੂਰਾਂ ਨੂੰ ਉਹਨਾਂ ਦਾ ਜਿਹੜਾ ਬਣਦਾ ਹੱਕ ਆ ਉਹ ਦਿੱਤਾ ਜਾ ਰਿਹਾ? ਇਹ ਬਹੁਤ ਸਾਰੀਆਂ ਚੀਜ਼ਾਂ ਵਿਚਾਰਨ ਵਾਲੀਆਂ ਜਿਹੜੀਆਂ ਮੈਨੂੰ ਲੱਗਦਾ ਵੀ ਹਾਲੇ ਜਿਹੜੇ ਚੋਣ ਪ੍ਰਚਾਰ ਆ ਮੈਨੂੰ ਕਿਤੇ ਸੁਣਿਆ ਨਹੀਂ ਕਿ ਕਿਸੇ ਨੇ ਅਜਿਹੇ ਮੁੱਦੇ ਜਿਹੜੇ ਹਾਲੇ ਤੱਕ ਚੱਕੇ। ਹੋ ਸਕਦਾ ਕਿ ਕੁਝ ਦਿਨਾਂ 'ਚ ਚੱਕ ਲੈ ਜਾਣ। ਹਾਂ, ਪਰ ਜੇ ਤੁਸੀਂ ਮਜ਼ਦੂਰ ਦਿਵਸ ਦੀ ਗੱਲ ਕੀਤੀ ਤਾਂ ਕੱਲ੍ਹ ਹੀ ਇੱਕ ਬਹੁਤ ਸਿਆਣੇ ਬੰਦੇ ਨੇ ਗੱਲ ਆਖੀ ਸੀ ਕਿ ਪਿਛਲੀ ਵਾਰ ਮਜ਼ਦੂਰ ਦਿਵਸ 'ਤੇ ਬਹੁਤ ਰੌਲਾ ਪਿਆ, ਕਹਿੰਦੇ ਕਿ ਮਜ਼ਦੂਰ ਦਿਵਸ 'ਤੇ ਤੁਸੀਂ ਛੁੱਟੀ ਕਰਤੀ, ਪਰ ਉੱਥੇ ਜਿਹੜੇ ਅਹਿਮ ਜਿਹੜੇ ਆਫਿਸ ਨੇ ਸਰਕਾਰੀ ਅਦਾਰੇ ਉਹਨਾਂ 'ਚ ਤਾਂ ਛੁੱਟੀਆਂ ਨੇ, ਪਰ ਜਿਹੜੇ ਐਕਚੁਅਲ ਦੇ ਵਿੱਚ ਮਜ਼ਦੂਰੀ ਕਰਦੇ ਨੇ ਉਹ ਕੰਮਾਂ 'ਤੇ ਜਾਂਦੇ ਨੇ, ਫਿਰ ਮਜ਼ਦੂਰ ਦਿਵਸ ਦਾ ਇੱਕ ਜਿਹੜਾ ਮਾਇਨਾ ਉਹ ਬਦਲ ਹੀ ਜਾਂਦਾ। ਪਰ ਖੈਰ ਚਲੋ, ਜਿਸ ਤਰੀਕੇ ਦੇ ਨਾਲ ਵੀ ਸਰਕਾਰ ਉਪਰਾਲੇ ਕਰ ਰਹੀ ਹੈ ਕਿਸੇ ਨਾ ਕਿਸੇ ਹੱਦ ਤੱਕ ਲੋਕਾਂ ਦੇ ਕੰਮ ਜ਼ਰੂਰ ਆ ਰਹੇ ਨੇ। ਅਤੇ ਜੇ ਹੁਣ ਅਸੀਂ ਬੈਕ ਟੂ ਸਿਆਸਤ 'ਤੇ ਆਈਏ ਤਾਂ ਲਗਾਤਾਰ
ਮਮਤਾ ਸਿਆਸਤ ਇਹਨਾਂ ਗੱਲਾਂ ਕਰਕੇ ਹੀ ਇੱਕ ਵੱਖਰਾ ਰੂਪ ਧਾਰਨ ਕਰ ਰਹੀ ਹੈ। ਤਾਂ ਉੱਥੇ ਜੇ ਅਸੀਂ ਬਲਕੌਰ ਸਿੰਘ ਦੀ ਗੱਲ ਕਰ ਲਈਏ ਤਾਂ ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਅਗਰ ਜੇ ਅੱਜ ਮਾਨਸਾ ਕੋਰਟ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਪ ਲਗਾਈ ਜਾ ਰਹੀ ਹੈ ਕਿ ਜ਼ਰੂਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲੇਗਾ। ਅਤੇ ਅਗਰ ਬਲਕੌਰ ਸਿੰਘ ਹੈ ਜਿਹੜੇ ਉਹ ਸਿਆਸਤ ਦੇ ਵਿੱਚ ਪੈਰ ਧਰ ਲੈਂਦੇ ਨੇ ਤਾਂ ਸਿਆਸਤ ਦੇ ਸਮੀਕਰਨ ਆ ਉਹ ਬਦਲ ਜਾਣਗੇ। ਬਿਲਕੁਲ, ਜੇਕਰ ਬਲਕੌਰ ਸਿੰਘ ਦੀ ਐਂਟਰੀ ਸਿਆਸਤ ਦੇ ਵਿੱਚ ਹੋ ਜਾਂਦੀ ਹੈ ਅਤੇ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਜ਼ਰੂਰ ਦੇਖਣ ਨੂੰ ਮਿਲੇਗੀ। ਅਸੀਂ ਜਿਵੇਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਮੁੱਦੇ ਅਜਿਹੇ ਨੇ ਸਰਕਾਰਾਂ ਦੇ ਵੱਲੋਂ ਹੱਲ ਕਰ ਲਏ ਗਏ ਨੇ, ਪਰ ਬਹੁਤ ਸਾਰਾ ਕੰਮ ਜਿਹੜਾ ਹੈ ਉਹ ਹਾਲੇ ਹੋਣਾ ਬਾਕੀ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਸਿੱਧੂ ਮੂਸੇਵਾਲਾ ਨੂੰ ਚੋਣ ਵਾਲਿਆਂ ਦੇ ਲਈ ਇੱਕ ਰਾਹਤ ਭਰੀ ਖਬਰ ਆਵੇ, ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਲਈ ਖਾਸ ਤੌਰ ਦੇ ਉੱਤੇ। ਅਤੇ ਇਹ ਅਸੀਂ ਵੀ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਨਸਾਫ਼ ਮਿਲੇ ਅਤੇ ਦੋਸ਼ੀਆਂ ਨੂੰ ਜਿਹੜੀ ਉਹਨਾਂ ਦੀ ਬਣਦੀ ਸਜ਼ਾ ਹੈ ਉਹ ਵੀ ਮਿਲ ਜਾਵੇ। ਅਤੇ ਨਾਲ ਹੀ ਜਿਸ ਤਰੀਕੇ ਦੇ ਨਾਲ ਪਰਿਵਾਰ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਮਮਤਾ, ਜਿਸ ਤਰੀਕੇ ਦੇ ਨਾਲ ਇਨਸਾਫ਼ ਦੀ ਗੁਹਾਰ ਹਰ ਦਰ 'ਤੇ ਲਗਾਈ ਜਾ ਰਹੀ ਹੈ, ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਜ਼ਰੂਰ ਇਨਸਾਫ਼ ਮਿਲੇ। ਬਿਲਕੁਲ, ਅਸੀਂ ਆਸ ਕਰਦੇ ਹਾਂ। ਹੁਣ ਵੇਲਾ ਹੋ ਗਿਆ ਇਜਾਜ਼ਤ ਲੈਣ ਦਾ, ਇਜਾਜ਼ਤ ਦਿਓ, ਧੰਨਵਾਦ।